PCC University Saran da dhanwad welcome hune hi Punjab cabinet di meeting jehdi hai Punjab de manjog mukhmantri Sardar Bhagwant Singh Maan ji di agwai ch hoi hai aur Maan sahab ne ਅੱਜ ਸਾਡੀ ਕੈਬਨਿਟ ਨੇ ਜਿਹੜੇ ਫੈਸਲੇ ਕੀਤੇ ਆ ਕੁਝ ਫੈਸਲੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਊਂਗਾ ਕੁਝ ਦਾ ਅਮਨ ਜੀ ਸਾਡੇ ਸੀਨੀਅਰ ਕੈਬਨਿਟ ਸਾਥੀ ਜਿਹੜੇ ਉਹ ਤੁਹਾਨੂੰ ਜਾਣਕਾਰੀ ਦੇਣਗੇ ਮਾਨ ਸਾਹਿਬ ਨੇ ਫੈਸਲਾ ਕੀਤਾ ਅੱਜ ਵੀ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਕਿ ਮੌਸਮ ਅੱਜ ਵੀ ਸਾਥ ਨਹੀਂ ਦੇ ਰਿਹਾ ਕੁਦਰਤ ਦੀ ਕਿਰਪਾ ਜਿਹੜੀ ਆ ਉਹ ਜਾਰੀ ਆ ਬਹੁਤ ਸਾਰੀਆਂ ਫਸਲਾਂ ਪਹਿਲਾਂ ਬਰਬਾਦ ਹੋ ਚੁੱਕੀਆਂ ਜਿਹੜੀਆਂ ਸਾਨੂੰ ਲੱਗਦਾ ਸੀ ਕਿ ਥੋੜਾ ਬਹੁਤਾ ਨੁਕਸਾਨ ਘਟੂਗਾ ਜੇ ਦੋ ਦਿਨ ਬਰਸਾਤ ਹੋਈ ਉਹ ਨੁਕਸਾਨ ਵੀ ਬਹੁਤ ਵੱਡੇ ਲੈਵਲ ਤੇ ਹੋਊਗਾ ਸੋ ਮਾਨ ਸਾਹਿਬ ਨੇ ਕਿਹਾ ਕਿ ਜਿਹੜੀ ਵਿਸਾਖੀ ਆ ਰਹੀ ਹੈ ਵਿਸਾਖੀ ਸਭ ਲਈ ਖੁਸ਼ੀਆਂ ਭਰੀਆਂ ਹੋਊਗਾ ਚਾਹੇ ਕਿਸੇ ਦਾ ਨੁਕਸਾਨ ਹੋ ਗਿਆ ਚਾਹੇ ਨਹੀਂ ਹੋਇਆ ਜਿਨ੍ਹਾਂ ਦਾ ਨੁਕਸਾਨ ਹੋਇਆ ਸਰਕਾਰ ਉਹਨਾਂ ਦੀ ਪੂਰੀ ਮਦਦ ਕਰਕੇ ਉਹਨਾਂ ਨੂੰ ਵੀ ਵਿਸਾਖੀ ਦੇ ਸ਼ੁਭ ਦਿਹਾੜੇ ਦੇ ਵਧੀਆ ਢੰਗ ਨਾਲ ਮਨਾਉਣ ਦਾ ਜਿਹੜਾ ਉਹਨਾਂ ਦੀ ਹੈਲਪ ਕਰੂਗੀ ਸੋ ਸਰਕਾਰ ਨੇ ਸਭ ਤੋਂ ਪਹਿਲਾਂ ਫੈਸਲਾ ਕੀਤਾ ਜਿਹੜਾ ਮਾਨ ਸਾਹਿਬ ਨੇ ਅਨਾਊਂਸ ਕੀਤਾ ਸੀਗਾ ਉਹ ਕੈਬਨਿਟ ਨੇ ਅੱਜ ਮਤਲਬ ਜਿਹੜਾ ਉਹਨੂੰ ਮਨਜ਼ੂਰੀ ਦੇ ਦਿੱਤੀ ਹੈ ਕਿ 15,000 ਪਰ ਏਕੜ ਜਿਹੜਾ ਅਸੀਂ ਮੁਆਵਜ਼ਾ ਜਿਹੜਾ ਉਹ ਦਵਾਂਗੇ ਜਿਹੜਾ 100% ਨੁਕਸਾਨ ਹੋਇਆ ਹੋਊਗਾ ਔਰ ਜਿਹੜਾ 33 ਤੋਂ 75 ਤੱਕ ਹੋਇਆ ਹੋਊਗਾ ਉਹਨੂੰ 6,800 ਰੁਪਈਆ ਮੁਆਵਜ਼ਾ ਜਿਹੜਾ ਦਿਆਂਗੇ ਔਰ ਗਰਦਾਵਦੀ ਜਿਹੜੀ ਅਸੀਂ ਕਰਾ ਰਹੇ ਪਹਿਲਾਂ ਆਲਰੇਡੀ ਸੀਐਮ ਸਾਹਿਬ ਨੇ ਅਨਾਊਂਸ ਕੀਤਾ ਕਿ ਅਸੀਂ ਗਰਦਾਵਦੀ ਸਾਂਝੀ ਜਗ੍ਹਾ ਤੇ ਪਿੰਡ ਦੇ ਵਿੱਚ ਪਿੰਡ ਦੇ ਕੇ ਚੌਂਕ ਚ ਪਿੰਡ ਦੇ ਕੇ ਗੁਰੂ ਘਰ ਵਿੱਚ ਪਟਵਾਰੀ ਉੱਥੇ ਬੈਠ ਕੇ ਲੋਕਾਂ ਦੇ ਸਾਹਮਣੇ ਗਰਦਾਵਦੀ ਕਰੂਗਾ ਔਰ ਆਹ ਜਿਹੜਾ ਨੁਕਸਾਨ ਅੱਜ ਵਾਲਾ ਜਾਂ ਕੱਲ ਵਾਲਾ ਹੋਊਗਾ ਇਹਨੂੰ ਵੀ ਉਹਦੇ ਵਿੱਚ ਸ਼ਾਮਿਲ ਜਿਹੜਾ ਉਹ ਕੀਤਾ ਜਾਊਗਾ ਤਾਂ ਜੋ ਲੋਕਾਂ ਦੇ ਜਿਹੜੇ ਸ਼ੰਕੇ ਹੁੰਦੇ ਆ ਕਿ ਪਟਵਾਰੀ ਗਰਦਾਵਦੀ ਕਰਨ ਲੱਗੇ ਜਿਹੜਾ ਨੁਕਸਾਨ ਕਰ ਦਿੰਦੇ ਆ ਇਸ ਕਰਕੇ ਸਭ ਦੇ ਸਾਹਮਣੇ ਗਰਦਾਵਦੀ ਜਿਹੜੀ ਆ ਉਹ ਕੀਤੀ ਜਾਊਗੀ ਔਰ ਜਿਹੜਾ ਘਰ ਮੀਂਹ ਦੇ ਕਾਰਨ ਜਿਸ ਘਰ ਦਾ ਥੋੜਾ ਬਹੁਤਾ ਨੁਕਸਾਨ ਹੋਇਆ ਉਹਨੂੰ 5,200 ਰੁਪਈਆ ਜਿਹੜਾ ਉਹਦੀ ਰਿਪੇਅਰ ਵਾਸਤੇ ਦਿਆਂਗੇ ਔਰ ਜਿਹੜਾ ਘਰ ਬਿਲਕੁਲ ਟੁੱਟ ਗਿਆ ਗਰੀਬ ਕਿਸੇ ਬੰਦੇ ਦਾ ਕੱਚਾ ਘਰ ਬਿਲਕੁਲ ਟੁੱਟ ਗਿਆ ਉਹਨੂੰ ਸਰਕਾਰ ਜਿਹੜੀ 1,20,000 ਰੁਪਈਆ ਮਤਲਬ ਜਿਹੜੀ ਉਹ ਦਊਗੀ ਇਹ ਅੱਜ ਤੈਅ ਕੀਤਾ ਦੂਜਾ ਜਿਹੜਾ ਕਣਕ ਝੋਨੇ ਦਾ ਬਦਲ ਹੈ ਉਹ ਸਰਕਾਰ ਨੇ ਤੈਅ ਕੀਤਾ ਕਿ ਅਸੀਂ ਐਤਕਾਂ ਬਾਸਮਤੀ ਨੂੰ ਤਰਜੀਹ ਦੇਵਾਂਗੇ ਅਸੀਂ ਥੋੜੇ ਦਿਨ ਪਹਿਲਾਂ ਐਗਰੀਕਲਚਰ ਅਫਸਰਾਂ ਦੀ ਮੀਟਿੰਗ ਕਰਕੇ ਡਿਊਟੀਆਂ ਲਾਤੀਆਂ ਸੀਗੀਆਂ ਅਸੀਂ ਬਾਸਮਤੀ ਜਿਹੜੀ ਵੱਧ ਤੋਂ ਵੱਧ ਪੰਜਾਬ ਦੇ ਵਿੱਚ ਜਿਹੜਾ ਉਹ ਅਸੀਂ ਲਵਾਉਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਔਰ ਨਰਮਾ ਜਿਹੜਾ ਉਹਦਾ ਏਰੀਆ ਵੀ ਜਿਹੜਾ ਉਹ ਵਧਾਇਆ ਜਾਊਗਾ ਔਰ ਨਰਮੇ ਦੇ ਮਤਲਬ ਜਿਹੜਾ ਏਰੀਏ ਵਾਸਤੇ ਵਧਾਉਣ ਵਾਸਤੇ ਕਿਸਾਨਾਂ ਲਈ ਬੀਜਾਂ ਦੇ ਉੱਤੇ 33% ਜਿਹੜੀ ਸਬਸਿਡੀ ਦਿੱਤੀ ਜਾਊਗੀ ਜਿਹੜੇ ਬੀਜ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਮਾਨਤਾ ਪ੍ਰਾਪਤ ਹੋਣਗੇ ਇਹ ਮਤਲਬ ਅੱਜ ਜਿਹੜਾ ਫੈਸਲਾ ਕੀਤਾ ਔਰ ਸਭ ਤੋਂ ਜਿਹੜਾ ਅਹਿਮ ਫੈਸਲਾ ਉਹ ਮੈਂ ਤੁਹਾਡੇ ਥਰੂ ਪਹਿਲਾਂ ਵੀ ਅਸੀਂ ਕੀਤਾ ਪਿਛਲੇ ਸਾਲ ਵੀ ਲਾਗੂ ਕੀਤਾ ਸੀਗਾ ਪਰ ਹੁਣ ਸਿੱਧਾ ਅੱਜ ਦੀ ਕੈਬਨਿਟ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਅੰਦਰ ਜਿਹੜਾ ਵੀ ਨਕਲੀ ਦਵਾਈਆਂ ਬਣਾਊਗਾ ਪਹਿਲਾਂ ਕੀ ਸੀਗਾ ਕਿ ਅਸੀਂ ਵੇਚਣ ਵਾਲੇ ਜਿਹੜੇ ਡੀਲਰ ਵਗੈਰਾ ਸੀਗੇ ਉਹਨਾਂ ਦੇ ਸਟੋਰਾਂ ਤੇ ਉਹਨਾਂ ਦੀਆਂ ਦੁਕਾਨਾਂ ਤੇ ਰੇਟ ਕਰਦੇ ਸੀ ਉਹਨਾਂ ਦੇ ਫੜ ਕੇ ਜਿਹੜਾ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਸੀ ਪਰ ਅਸੀਂ ਫੈਸਲਾ ਕੀਤਾ ਕਿ ਉਹਨਾਂ ਦੇ ਤੇ ਅਸੀਂ ਕਰਾਂਗੇ ਹੀ ਕਰਦੇ ਹਾਂ ਪਰ ਜਿਹੜੇ ਨਕਲੀ ਦਵਾਈਆਂ ਬਣਾ ਰਹੇ ਜੀ ਉਹਨਾਂ ਨੂੰ ਸਿੱਧਾ ਜਿਹਾ ਇੱਕ ਮੈਸੇਜ ਹੈ ਕਿ ਜੇ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਕਿਸੇ ਕੰਪਨੀ ਨੇ ਫੈਕਟਰੀ ਨੇ ਦਵਾਈ ਜਾਲੀ ਬਣਾ ਕੇ ਪੰਜਾਬ ਦੇ ਵਿੱਚ ਵੇਚਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਖਿਲਾਫ ਜਿਹੜਾ ਉਹ ਸਖਤ ਮਤਲਬ ਜਿਹੜਾ ਅਸੀਂ ਮਤਲਬ ਜਿਹੜੀ ਕਾਰਵਾਈ ਕਰਾਂਗੇ ਉਹਨੂੰ ਜੇਲ੍ਹ 'ਚ ਭੇਜਾਂਗੇ ਔਰ ਉਸ ਕੰਪਨੀ ਨੂੰ ਪੰਜਾਬ ਦੇ ਵਿੱਚ ਉਹਦੀ ਐਂਟਰੀ ਬੈਨ ਕਰਾਂਗੇ ਜੇ ਕੰਪਨੀ ਪੰਜਾਬ 'ਚ ਹੋਈ ਤਾਂ ਉਹਦੀ ਕੰਪਨੀ ਜਿਹੜੀ ਆ ਫੈਕਟਰੀ ਨੂੰ ਬੰਦ ਕਰਾਂਗੇ ਜੇ ਬਾਹਰ ਦੀ ਹੋਈ
ਤੇ ਪੰਜਾਬ ਦੀ ਹੱਦ ਦੇ ਅੰਦਰ ਜਿਹੜੀ ਆ ਬਿਲਕੁਲ ਇਦਾਂ ਦੀ ਕੋਈ ਦਵਾਈ ਜਿਹੜੀ ਨਹੀਂ ਵਿਕਣ ਦਿੱਤੀ ਜਾਊਗੀ। ਤੀਜਾ ਜਿਹੜਾ ਫੈਸਲਾ ਕੀਤਾ ਉਹ ਪਹਿਲਾਂ ਅਨਾਉਂਸ ਵੀ ਕੀਤਾ ਕੈਬਨਿਟ ਨੇ, ਉਹਨੂੰ ਮਾਨਤਾ ਦਿੱਤੀ ਹੈ ਕਿ ਜਿੰਨੇ ਕੋਆਪਰੇਟਿਵ ਬੈਂਕ ਨੇ ਇਸ ਮੌਸਮ ਕਰਕੇ ਨੁਕਸਾਨ ਹੋਣ ਕਰਕੇ ਜਿਹੜੇ ਕੋਆਪਰੇਟਿਵ ਬੈਂਕ ਨੇ ਉਹਨਾਂ ਦੇ ਜਿਹੜੇ ਲੋਨ ਨੇ ਛਮਾਹੀ ਕਿਸ਼ਤਾਂ ਹੁੰਦੀਆਂ ਲਿਮਟਾਂ ਵਗੈਰਾ ਦੀਆਂ ਉਹ ਵੀ ਅਸੀਂ ਪੋਸਟਪੋਨ ਕੀਤੀਆਂ ਕਿ ਐਤਕਾ ਨਹੀਂ ਜਦੋਂ ਅਗਲੀ ਫਸਲ ਠੀਕ ਹੋਊਗੀ ਉਹ ਅਸੀਂ ਵੱਲ ਜਿਹੜਾ ਉਹ ਉਦੋਂ ਕਰਾਂਗੇ। ਔਰ ਇੱਕ ਜਿਹੜਾ ਕੁਛ ਬੰਦੇ ਜੋ ਪੁੱਛਦੇ ਆ ਨਾ ਤੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਇਹ ਮੁਆਵਜ਼ਾ ਇਹ ਇਕੱਲਾ ਮਤਲਬ ਜਿਹੜਾ ਕਣਕ 'ਤੇ ਨਹੀਂ ਹੈ, ਜਿੱਥੇ ਵੀ ਕਿਤੇ ਸਬਜ਼ੀਆਂ ਦਾ ਆਲੂ ਦਾ ਟਮਾਟਰ ਦਾ ਕਿਤੇ ਨੁਕਸਾਨ ਹੋ ਗਿਆ ਕਿਸੇ ਵੀ ਕਿਸਮ ਦੀ ਫਸਲ ਹੈ ਉਹਦੇ ਸਭ ਦੇ ਵਾਸਤੇ ਜਿਹੜੀ ਆ ਉਹ ਸਪੈਸ਼ਲ ਗਰਦੌਰੀ ਜਿਹੜੀ ਅਸੀਂ ਕਰਾਵਾਂਗੇ ਕਿਉਂਕਿ ਕਿਸੇ ਵੀ ਫਸਲ ਦਾ ਜਿਹੜਾ ਨੁਕਸਾਨ ਹੈ ਉਹ ਅਸੀਂ ਕਿਸਾਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜੀ ਹੈ ਮਾਨ ਸਾਹਿਬ ਦੀ ਸਰਕਾਰ, ਹਰ ਪੱਖੋਂ ਜਿਹੜੀ ਹੈ ਉਹ ਕਿਸਾਨ ਦੀ ਅਸੀਂ ਮਦਦ ਕਰਾਂਗੇ। ਇਹ ਜਿਹੜੇ ਫੈਸਲੇ ਅੱਜ ਮਤਲਬ ਐਗਰੀਕਲਚਰ ਨਾਲ ਸੰਬੰਧਿਤ ਜਿਹੜੇ ਆ ਉਹ ਕੈਬਨਿਟ ਨੇ ਕੀਤੇ ਆ। ਜਿਹੜੇ ਬਾਕੀ ਫੈਸਲੇ ਮੈਂ ਆਪਣੇ ਬਹੁਤ ਸਾਡੇ ਪਾਰਟੀ ਦੇ ਸੀਨੀਅਰ ਸਾਥੀ ਮੇਰੇ ਕੈਬਨਿਟ ਕਲੀਗ ਜਿਹੜੇ ਆ ਅਮਨ ਅਰੋੜਾ ਜੀ ਉਹ ਬਾਕੀ ਕੁਛ ਫੈਸਲੇ ਬਹੁਤ ਇੰਪੋਰਟੈਂਟ ਨੇ ਉਹ ਵੀ ਉਹਨਾਂ ਬਾਰੇ ਉਹ ਜਾਣਕਾਰੀ ਦੇਣਗੇ। ਅਮਨ ਜੀ ਬਹੁਤ ਬਹੁਤ ਧੰਨਵਾਦ ਧਾਲੀਵਾਲ ਸਾਹਿਬ। ਸਾਥੀਓ ਜਿਸ ਤਰੀਕੇ ਨਾਲ ਤੁਹਾਨੂੰ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਾਡੇ ਕੈਬਨਿਟ ਕੁਲੀਗ ਕੁਲਦੀਪ ਧਾਲੀਵਾਲ ਜੀ ਨੇ ਦੱਸਿਆ, ਪੰਜਾਬ ਖੇਤੀ ਪ੍ਰਧਾਨ ਸੂਬਾ ਔਰ ਖੇਤੀ ਦੇ ਉੱਪਰ ਹੀ ਇੱਥੇ ਤਕਰੀਬਨ 70% ਵਸੋਂ ਜਿਹੜੀ ਖੇਤੀ ਦੇ ਉੱਪਰ ਡਿਪੈਂਡੈਂਟ ਹੈ ਔਰ ਖੇਤੀ ਨੂੰ ਕਿਵੇਂ ਬਚਾਇਆ ਜਾਵੇ ਕਿਵੇਂ ਪ੍ਰਫੁੱਲਤ ਕੀਤਾ ਜਾਵੇ ਇਹਦੇ ਬਾਰੇ ਅਹਿਮ ਫੈਸਲੇ ਨੇ ਜਿਹੜੇ ਉਹ ਕੁਛ ਕੁਲਦੀਪ ਧਾਲੀਵਾਲ ਜੀ ਨੇ ਦੱਸੇ ਨੇ ਔਰ ਮੈਂ ਸਮਝਦਾ ਕਿ ਖੇਤੀ ਪਾਣੀ ਬਿਨਾਂ ਸੰਭਵ ਨਹੀਂ ਹੈ ਔਰ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਦੇਖਿਆ ਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਜਿਸ ਤਰੀਕੇ ਦੇ ਨਾਲ ਅੱਜ ਪਾਣੀ ਨੂੰ ਤਰਸਦੀ ਜਾ ਰਹੀ ਹੈ, ਹਰ ਸਾਲ ਤਕਰੀਬਨ 1.25 ਮੀਟਰ ਪਾਣੀ ਥੱਲੇ ਜਾਂਦਾ ਜਾ ਰਿਹਾ ਹੈ ਅਤੇ ਪਿਛਲੇ ਸਮੇਂ ਦੀਆਂ ਦੇ ਸਰਕਾਰਾਂ ਦੀ ਅਣਗਹਿਲੀ ਦੀ ਵਜ੍ਹਾ ਕਰਕੇ ਜਿਹੜੀ ਲੋਕਾਂ ਦੀ ਡਿਪੈਂਡੈਂਸ ਨਹਿਰੀ ਪਾਣੀ ਉੱਪਰ ਹੁੰਦੀ ਸੀਗੀ ਉਹ ਖਤਮ ਹੁੰਦੀ ਗਈ ਅਤੇ ਅੰਡਰਗਰਾਊਂਡ ਵਾਟਰ ਜਿਹੜਾ ਧਰਤੀ ਹੇਠਲੇ ਪਾਣੀ ਦੇ ਉੱਪਰ ਲੋਕਾਂ ਦੀ ਡਿਪੈਂਡੈਂਸ ਜਿਹੜੀ ਉਹ ਵੱਧਦੀ ਗਈ ਜਿਹਦੀ ਵਜ੍ਹਾ ਕਰਕੇ ਅੱਜ ਪੰਜਾਬ ਰੇਗਿਸਤਾਨ ਵੱਲ ਵਾਲੇ ਪਾਸੇ ਵੱਧਦਾ ਜਾ ਰਿਹਾ। ਪਰ ਜਿਸ ਦਿਨ ਦੀ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਪਾਣੀ ਨੂੰ ਕਿਵੇਂ ਸੰਭਾਲਿਆ ਜਾਵੇ ਕਿਵੇਂ ਬਚਾਇਆ ਜਾਵੇ ਪੰਜਾਬ ਨੂੰ ਕਿਵੇਂ ਬਚਾਇਆ ਜਾਵੇ ਇਹਦੇ ਉੱਪਰ ਕੰਮ ਚੱਲ ਰਿਹਾ। ਚਾਹੇ ਆਪਾਂ ਪਹਿਲਾਂ ਡਾਇਰੈਕਟ ਸੀਡਿੰਗ ਆਫ ਰਾਈਸ ਦੀ ਗੱਲ ਕਰ ਲਈਏ ਅਤੇ ਹੁਣ ਅੱਜ ਇੱਕ ਅਹਿਮ ਫੈਸਲਾ ਜਿਹੜਾ ਸਾਡੀ ਕੈਬਨਿਟ ਨੇ ਲਿਆ ਉਹ ਪੰਜਾਬ ਦੇ ਵਿੱਚ ਜਿਹੜਾ ਕਨਾਲ ਐਂਡ ਡਰੇਨੇਜ ਐਕਟ 1857 ਦਾ ਬਣਿਆ ਹੋਇਆ ਸੀਗਾ, ਯਾਨੀ ਕਿ ਤਕਰੀਬਨ 165 ਸਾਲ ਪੁਰਾਣਾ ਐਕਟ ਸੀ ਜਿਹੜਾ ਉਹ ਅੱਜ ਵੀ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਜਿਹਦੀ ਵਜ੍ਹਾ ਕਰਕੇ ਜੇ ਕਿਸੇ ਵਿਅਕਤੀ ਨੇ ਜੇ ਕਿਸੇ ਕਿਸਾਨ ਭਰਾ ਨੇ ਮੋਗਾ ਲਗਾਉਣਾ ਹੋਵੇ ਜੇ ਕਿਸੇ ਨੇ ਉਦੋਂ ਪਾਣੀ ਲੈਣਾ ਹੋਵੇ ਨਹਿਰੀ ਪਾਣੀ ਲੈਣਾ ਹੋਵੇ ਅਤੇ ਉਹਨੂੰ ਇੱਕ ਅਸੈਸਮੈਂਟ ਮੁਤਾਬਕ ਕਿਉਂਕਿ ਅੱਜ ਤੋਂ 150 ਸਦੀ ਪਹਿਲਾਂ 150 ਸਾਲ ਤੋਂ ਵੀ ਵੱਧ ਪਹਿਲਾਂ ਸਿਸਟਮ ਹੋਰ ਸੀਗੇ ਅੱਜ ਸਿਸਟਮ ਹੋਰ ਨੇ ਅਤੇ ਉਹਨੂੰ ਘੱਟੋ ਘੱਟ 240 ਦਿਨ ਲੱਗ ਜਾਂਦੇ ਸੀਗੇ ਜੇ ਉਹਦਾ ਕੰਮ ਸਹੀ ਵੀ ਹੋਵੇ ਅਤੇ ਹਰ ਅਫਸਰ ਹਰ ਅਧਿਕਾਰੀ ਸਹੀ ਤਰੀਕੇ ਨਾਲ ਟਾਈਮ ਸਿਰ ਉਹਨੂੰ ਸਰਵਿਸ ਵੀ ਦਿੰਦਾ ਰਹੇ। ਉਹ 240 ਦਿਨਾਂ ਦੀ ਗਿਣਤੀ ਇਸ ਤਰੀਕੇ ਨਾਲ ਕਿ ਅੱਜ ਕਿਸੇ ਕਿਸਾਨ ਵੀਰ ਨੇ ਨਿਚਲੇ ਲੈਵਲ ਦੇ ਉੱਪਰ ਕਿਸੇ ਕਲਰਕ ਕੋਲ ਜਾਂ ਬੇਲਦਾਰ ਕੋਲ ਐਪਲੀਕੇਸ਼ਨ ਦਿੱਤੀ ਅਤੇ ਉਹਦਾ ਓਬਜੈਕਸ਼ਨ ਦਾ ਪੀਰੀਅਡ 30 ਦਿਨ ਦਾ ਜੀ, ਫਿਰ ਅਗਲੇ ਸਟੈਪ ਦੇ ਉੱਪਰ ਫਿਰ 2 ਮਹੀਨਿਆਂ ਦਾ ਟਾਈਮ ਹੈ ਜੀ, ਫਿਰ ਤੀਜੇ ਸਟੈਪ ਦੇ ਉੱਪਰ 1-2 ਮਹੀਨੇ ਦਾ ਟਾਈਮ ਹੈ ਜੀ, ਉਹਦੇ ਕਰਕੇ ਤਕਰੀਬਨ 240 ਦਿਨ ਮਿਨੀਮਮ ਲੱਗ ਜਾਂਦੇ ਸੀਗੇ ਜਿਹਦੀ ਵਜ੍ਹਾ ਕਰਕੇ ਕਿਸਾਨ ਹੱਥ ਜੋੜ ਕੇ ਸਰਕਾਰੀ ਦਫ਼ਤਰਾਂ ਅਤੇ ਅਫਸਰਾਂ ਦੇ ਧੱਕੇ ਖਾ ਖਾ ਕੇ ਬਸ ਕਰ ਜਾਂਦਾ ਸੀਗਾ ਕਿ ਮੈਨੂੰ ਤੁਹਾਡਾ ਖਾਲਾ ਜਾਂ ਮੈਨੂੰ ਪਾਣੀ ਨਹੀਂ ਚਾਹੀਦਾ ਹੈਗਾ, ਮੇਰੀ ਬਸ ਹੋ ਗਈ। ਅਤੇ ਅੱਜ ਉਸ ਐਕਟ ਨੂੰ ਦੁਬਾਰਾ ਰੀਬਿਲਡ ਕੀਤਾ ਗਿਆ, ਉਹਦੇ ਵਿੱਚ ਅਮੈਂਡਮੈਂਟਸ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਅਤੇ ਇਹ ਇਹੋ ਜਿਹਾ ਐਕਟ ਬਣਾਇਆ ਗਿਆ ਕਿ ਕਿਸਾਨ ਜਿਸ ਨੂੰ ਨਹਿਰੀ ਪਾਣੀ ਦੀ ਲੋੜ ਹੈ ਹੱਕ ਬਣਦਾ ਉਹਦੇ ਉੱਪਰ ਉਹ ਅੱਜ ਐਪਲੀਕੇਸ਼ਨ ਦੇਵੇਗਾ ਅਤੇ ਬੜੀ ਜਲਦੀ ਹੀ ਵਿਦ ਇਨ ਅ ਮੰਥ ਔਰ 1.5 ਮੰਥ ਉਹਨੂੰ ਜਿਹੜਾ ਨਹਿਰੀ ਪਾਣੀ ਉਹਦੇ ਖੇਤ ਤੱਕ ਪਹੁੰਚਣ ਦਾ ਇੰਤਜ਼ਾਮ ਹੈ ਜਿਹੜਾ ਉਹ ਸਰਕਾਰ ਇਸ ਐਕਟ ਦੇ ਰਾਹੀਂ ਕਰਨ ਜਾ ਰਹੀ ਹੈ। ਔਰ ਮੈਂ ਸਮਝਦਾ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਉਹਦੀ ਬਚਾਇਆ ਜਾ ਸਕਦਾ ਜਦੋਂ ਕਿਸਾਨਾਂ ਨੂੰ ਟਿਊਬਵੈੱਲਾਂ ਤੋਂ ਨਹਿਰੀ ਹੇਠਲੇ ਪਾਣੀ ਤੋਂ ਜ਼ਮੀਨ ਹੇਠਲੇ ਪਾਣੀ ਤੋਂ ਨਹਿਰੀ ਪਾਣੀ ਦੇ ਵੱਲ ਆਪਾਂ ਸ਼ਿਫਟ ਕਰਾਂਗੇ। ਉਸੇ ਦੇ ਤਹਿਤ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਵੱਡੇ ਇਨੀਸ਼ੀਏਟਿਵ ਨੇ ਜਿਹੜੇ ਉਹ ਭਗਵੰਤ ਮਾਨ ਜੀ ਨੇ ਔਰ ਪੰਜਾਬ ਸਰਕਾਰ ਨੇ ਲਏ ਨੇ। ਸੋ ਇਹਦੇ ਵਿੱਚ ਇੱਕ ਲੈਂਡਮਾਰਕ ਅਮੈਂਡਮੈਂਟ ਹੈ ਜਿਹੜੀ ਉਹ ਇਸ ਐਕਟ ਦੇ ਵਿੱਚ ਕੀਤੀ ਹੈ ਜਿਹਦੇ ਨਾਲ ਕਿਸਾਨਾਂ ਨੂੰ ਔਰ ਪੰਜਾਬ ਨੂੰ ਔਰ ਪੰਜਾਬ ਦੀ ਧਰਤੀ ਨੂੰ ਬਹੁਤ ਵੱਡਾ ਫਾਇਦਾ ਜਿਹੜਾ ਉਹ ਹੋਣ ਜਾ ਰਿਹਾ ਹੈ। ਇਸ ਦੇ ਨਾਲ
एक होर बहुत अहम फैसला जिहड़ा कि चाहे कैबिनेट का हिस्सा तो नहीं सी पर असी सारे साथियों ने मान साहब की अगुवाई दे विच बैठ के फैसला लिया कि जो पिछले समय दे विच एक महीने की एक्सटेंशन की गई एक महीने की दा टाइम पीरियड दिता गया सीगा जिस दे तहत रजिस्ट्रियां दे रेट दे विच 2.25% की कटौती की गई सीगी उहदा पंजाब दे बहुत लोगों ने उहदा एडवांटेज लिया और सरकार नूं भी क्योंकि सरकार दा खजाना वह भी लोगों का ही है और उहदे विच तकरीबन साडा 3950 करोड़ का टारगेट सीगा ते कल तक 4100 करोड़ तो भी वध रेवन्यू जिहड़ी स्टैंप ड्यूटी है उहदे च इकट्ठी हुई है अज 31 तारीख है शायद 100-150 करोड़ है जिहड़ा उहदे च होर ऐड ऑन हो जाएगा। सो इसे लोगों की इस सहूलत नूं देखदे होए लोगों के इस रुझान नूं देखदे होए इस स्कीम नूं इस बेनीफिट नूं एक महीने के लिए होर एक्सटेंड करन दा इहनूं कंटिन्यू करन दा फैसला जिहड़ा उह लिया है। हुण लोग अपनी रजिस्ट्रेशन जिहड़ी 30 अप्रैल तक पुराने एग्जिस्टिंग रेटां दे मुताबिक करा सकते हैं। मैं पंजाब दे लोगों नूं अपील करूँगा कि तुसीं इस लोक पक्षी स्कीम का जो अज मान साहब ने फैसला लिया उहदा लाहा लो ते जिहड़ी उहनां दी रजिस्ट्रेशन रहिंदियां ने उह जल्द तो जल्द करवाउण। सो मेरे कहने का मतलब कि होर बाकी सारे फैसलों तो यह कुछ अहम फैसले सीगे जो अज धालीवाल साहब ने और मैं असीं तुहाडे रूबरू होके आज दसे ने। उम्मीद करते हैं कि पंजाब के लोग इन्होंने स्कीम का फायदा लैके भी कुछ कैबिनेट ने फैसले जेल नू लेके भी कुछ कैबिनेट ने फैसले ले सके जो कि नहीं जेलों नू लेके नहीं जी एक्चुअली इस तरह होंगे कि कैदियों नू जदों ये एक सिस्टम है एक रूल है कि किसी कैदी की रिहाई होनी हो कैबिनेट के आँदी है और रिमिशन कई रिमिशन पॉलिसीज बनी हुई ने उहदे तहत जिहड़े बहु गिणती कैदी सीगे उन्हां दा एक्सैप्ट कर लिया गया। सिर्फ दो जिहड़े कि हीनियस रेयर ऑफ रेयर कैटेगरी दे विच आउंदे सीगे उहनां नूं जिहड़ा डिनाई कीता गया बाकी सारे ने जिहड़े उहनां नूं नवजोत सिंह सिद्धू कल रिहा हो रहे देखो इस तरह कि उन्हां दा केस है जिहड़ा उह कैबिनेट दे विच ना आना सीगा ना ही पॉलिसी मुताबक उन्होंने जे कल पीरियड पूरा हो रहा तो कल रिहा हो जाएंगे कोई दिक्कत ही कोई नहीं पॉलिसी का सवाल नहीं ना है जी पॉलिसी के जिन्ना कैदियों दी सजावां पूरी हो चुकी होंगे ने ते नीचो उन्होंने तो जी टर्म जे सपोज मेरे ख्याल डेढ़ के दो महीने का उन्होंने एडवांटेज है जिहड़ा वह सरकार वालों जे एक साल की सज़ा होवे तो कि शायद 3 दिन का पर मंथ है जिहड़ा उन्होंने जी एडवांटेज लै सकते हैं। वो तहत सरकार ने मान साहब ने बड़ी दरियादिली फैसला किया मुताबक कल एज पर पॉलिसी जिहड़ा है उन्होंने रिहाई जी हो जाणी है। 26 जनवरी वाला भी एक तुहाडा एजेंडा सीगा कि जी 26 जनवरी आजादी का अमृत महोत्सव के तहत कुछ कैदी रिहा किए जा रहे हैं अलग अलग कैटेगरीज मिलदियां ने उहदे विच भी जिहड़ा फैसला है उह लिया गया कि उह भी बड़ी जल्दी ही पूरा होएगा। नहीं नहीं कल नूं साडे वल्लों देखो सरकार जदों उन्हां ने कानून मुताबक आपदी सज़ा विद एडवांटेज डेढ़ एक महीने जो एडवांटेज मिलता है जो कल पूरी हो जाती है तो कल रिलीज हो गए। सिद्धू भी कल रिहा हो रहे हैं उन्होंने ट्वीट किया गया कहते जी कि अथॉरिटी ने जानकारी दी है बहुत सारे कैदियों का इन नॉर्मल रूटीन ही हो जाता है। सो उन्होंने जो हाँ वो जिहड़ी एक एडवांटेज डेढ़ महीने की जिहड़ी उन्होंने मिल सकती है वह सीएम साहब ने इन प्रिंसीपली कि हाँ जो असी कोई ना किसी पोलीटिकल विच हंटिंग तहत ना कोई पोलीटिकल स्पैशल रिलैक्सेशन है जिहड़ी वह कानून तो उपर होकर दिती भी नहीं जा सकती हैगी जिहड़ा वह डेढ़ महीने की उन्होंने हजे टर्म पई है वह भी कोई डिनाई नहीं किया हैगा उन्होंने बाकी कैदियों की तरह कानून के तहत जो उन्होंने हक बनता है तो उन्होंने कल मिलेगा तो आपका रिहा होकर कल कर जा सकता है। भगवंत मान डॉटर को थ्रेट मिली है यूएसए में कुछ इस तरह की खबर है क्योंकि ये ट्वीट किया है उन्होंने स्वाति मालवी जी ने जो कोई जिक्र साडे नाल ना इस कैबिनेट कलीग ना साथी नहीं कीता हैगा पर मैं समझदा
कि वो ठीक है, तुहाडा ट्वीट ठीक होएगा जी, पर जिहड़ी चीज़ की जानकारी साडे कोल नहीं है। पर मैं एक चीज़ तुहानूं बड़ा क्लीयर कर देना चाहुंदा कि इन्हां चीज़ां दे नाल जो जे इह सही है, इन्हां चीज़ां दे नाल जो भगवंत मान जी ने और उन्हां दे सारे कैबिनेट साथियों ने, जो एम एल एज ने, जो असी पंजाब नूं मुड़ द्वारा खुशहाल ते हसदा खेड़दा पंजाब बनाउण दा तहिया कीता होया है, पंजाब दी शांति नूं, पंजाब दे लॉ एंड ऑर्डर नूं बहाल करदा सी तहिया कीता होया है, सानू इन्हां चीज़ां दे नाल, इन्हां धमकियां दे नाल वो कोई डरा धमका नहीं सकदा हैगा। मैं समझदा कि अज कल्ले एक नहीं, पंजाब दा दे 3 करोड़ लोग ने जिहड़े उही भगवंत मान जी दे परिवार दे मैंबर ने। सो इस करके अमन जी कि एनओसी दा बहुत चक्कर है जी, तुसीं रजिस्ट्रियां दे इक पासे खोलतीयां पर दूजे पासे एनओसी नहीं मिलदी, ओहदे करके रजिस्ट्रियां बहुत सारे लोग करवाउंदे। देखो इस तरह जी कि इह जिहड़ा इशू है काफी देर दा पेंडिंग पिया, और इशू मैं पहलां वी कई वारी दस्सिया है, इह इस करके होया सीगा क्योंकि 4 अप्रैल 2022 नूं एक हाई कोर्ट दे विच केस होया, जिस दे विच हाई कोर्ट ने पंजाब सरकार दी साडे दो महकमियां नूं यह झाड़ लगाई कि एक पासे 1995 पापरा एक्ट बना रखा है, दूजे पासे बार बार रेगुलराइजेशन पॉलिसियां लिया के 13, 16, 18 रेगुलराइजेशन पॉलिसियां लिया लिया के तुसीं आपदी पापरा एक्ट दीआं धज्जियां उड़ा रहे हो, उहदे करके एनओसी की कंडीशन सानूं इंपोज करनी पई सी। पर इस तों तकरीबन 6 महीने पहलां असीं 2 स्टैप्स दे विच काम उहदा कर चुके, एक पोर्टल लॉन्च कर दिता सीगा जिहदे विच तुसीं आपदे डॉक्यूमेंटेशन उह अपलोड करो ते तुहानूं 15 दिनां दे विच विच जिहड़ा एनओसी उह मिल जांदा सीगा। फिर सैकंड फेज दे विच 5773 पिंड ने जिहड़े उह असीं एग्जैम्प्ट करदे सी जिथे एनओसीआं दी लोड़ ही नहीं हैगी। हुण जिहड़ा तुसीं इह गल कर रहे हो, बाकी जिहड़े चाहे पिंड ने, शहर ने, जिन्ना भी एरिया रह गया पंजाब दे विच, उहदे बारे भी होमवर्क जदों मेरे कोल भी डिपार्टमेंट सीगा उदों भी, हुण सीएम साहब भी, असीं सारे बड़ी देर दे लगे हुए हैं, पर वो कंबरसम माहौल सिस्टम इन्ना क बनया हुआ है, इन्ना गुंझलदार बनया हुआ है, और एक एहो जी पॉलिसी आएगी बड़ी जल्दी ही जिदे तहत एनओसीआं दा काम है जिहड़ा वो खत्म हो जाएगा, तो सारे पंजाब नूं जिहड़े 18 तो बाद दे भी ने उन्हां नूं भी एडवांटेज जिहड़ा वो मिल जाएगा, बड़ी जल्दी आ जाएगा। पर क्योंकि इन्ना गुंझलदार है, सिर्फ लीगली टैक्नीकली नहीं, एडमिनिस्ट्रेटिवली नहीं, लीगली भी, क्योंकि हाई कोर्ट के ऑर्डर ने, उहदे करके इहो जिहा असीं कोई काम नहीं करना चाहुंदे हैगे जिहदे नाल इत्थों सरकार फैसला कर दे ते मुड़ के हाई कोर्ट दे विच उह चैलेंज हो गए, इहो जिहा काम नहीं करना चाहुंदे। बड़ी जल्दी ही एनओसी दा इशू है जिहड़ी तकरीबन महीने डेढ़ दे विच विच उह वी जल्दी फैसला हो जाएगा, एनओसी दे पंगे तों छुटकारा मुक जाएगा, मुकदी गल्ल है। अमृतपाल लगातार लाइव हो रहा, फेसबुक ते भी वीडियोस आ गई, ऑडियो भी आ गई, गिरफ्तारी हाले तक नहीं हुई। देखो इस तरह के जिहड़ा लाइव होना है ना जी, उह लाइव होण दा उह उहदा किसी को हल है, लाइव तो जी अज मैं इतने हो रहा हाँ तो इतों ये अद्धे मिनट बाद लॉस एंजलस दे विच या वैनकूवर दे विच भी उत्थे वीडियो रिलीज़ हो सकती है। सो मेरे कहने का मतलब है कि लाइव होने दे नाल या एक ऑडियो या वीडियो दे नाल बंदे दी लोकेशन है जी नहीं पता लग सकती। सो वट आई मीन टू से इज़ कि वह जिथे मर्जी बैठ के लाइव हो रहा है, जिथे मर्जी बैठ के ऑडियो वीडियो अपना रिकॉर्ड करके भेज रहा है, पंजाब दे विच किसी भी व्यक्ति किसी भी संस्था नूं इहजी इजाजत नहीं दिती जाऊगी कि जिहदे नाल पंजाब दे विच मुड़ के फिर दुबारा काला दौरा जिहड़ा देखण नूं मिले, इहजी इजाजत भगवंत मान जी दी अगवाई दे विच पंजाब दे विच किसी नूं भी नहीं दिती जाऊगी। जिहड़ा अमन जी ने जिहड़ा डेयरी पानी बारे दस्सिया देखो इस तरह जी के ओह जिहड़े 138 115 ब्लॉक डार्क जोन दे विच आ चुके ਉਹ ਇਸੇ ਕਰਕੇ ਆਏ ਨੇ ਕਿਉਂਕਿ ਐਕਸਟ੍ਰੈਕਸ਼ਨ ਫਰੋਮ ਗਰਾਊਂਡ ਵਾਟਰ ਜਿਹੜਾ ਧਰਤੀ ਹੇਠਲਾ ਪਾਣੀ ਆਪਾਂ ਜ਼ਿਆਦਾ ਕੱਢਦੇ ਰਹੇ, ਹੁਣ ਇਸੇ ਚੀਜ਼ ਨੂੰ ਰਿਵਰਸ ਕਰਨ ਦੇ ਲਈ ਜਦੋਂ ਨਹਿਰੀ ਪਾਣੀ ਦੀ ਯੂਸੇਜ ਹੈ ਜਿਹੜੀ ਉਹਦੇ ਉੱਪਰ ਪੰਜਾਬ ਸ਼ਿਫਟ ਕਰ ਜੂਗਾ ਤੇ ਹੌਲੀ ਹੌਲੀ ਪਾਣੀ ਦਾ ਲੈਵਲ ਹੈ ਜਿਹੜਾ ਉਹ ਆਪਣੇ ਉੱਚਾ ਆਉਣਾ ਸ਼ੁਰੂ ਹੋ ਜੂਗਾ। ਇਹਦੇ ਨਾਲ ਅਸੀਂ ਇੱਕ ਹੋਰ ਗੱਲ ਵੀ ਕਹਿਣੀ ਚਾਹੁੰਦੇ ਹਾਂ ਕਿ ਜਿਹੜਾ ਇਹ 1857 ਦਾ ਐਕਟ ਜਿਹਨੂੰ ਅੱਜ ਅਸੀਂ ਆਲਟਰ ਕੀਤਾ ਹੈ ਉਹਦੇ ਵਿੱਚ ਪਹਿਲਾਂ ਇੰਡਸਟਰੀ ਨੂੰ ਜਿਹੜਾ ਨਹਿਰੀ ਪਾਣੀ ਦੇਣ ਦੀ ਕੋਈ ਪ੍ਰੋਵੀਜ਼ਨ ਨਹੀਂ ਸੀਗੀ, ਹੁਣ ਅਸੀਂ ਉਹ ਵੀ ਪ੍ਰੋਵੀਜ਼ਨ ਕਰ ਰਹੇ ਹਾਂ ਕਿ ਜੇ ਇੰਡਸਟਰੀ ਨੂੰ ਵੀ ਕਿਸੇ ਨੂੰ ਪਾਣੀ ਚਾਹੀਦਾ ਤੇ ਉਹ ਅਪਲਾਈ ਕਰਕੇ ਨਹਿਰੀ ਪਾਣੀ ਲੈ ਸਕਦੇ ਨੇ। ਜਿਹੜਾ ਅਸੀਂ ਮੁਆਵਜ਼ਾ ਦੇਣਾ ਨਾ ਉਹ ਵਿਸਾਖੀ ਦੇ ਸ਼ੁਰੂ ਕਰ ਦੇਣਾ, ਬਾਕੀ ਗੱਲਾਂ ਤੁਸੀਂ ਛੱਡੋ, ਵਿਸਾਖੀ ਦੇ ਪੰਜਾਬ ਦੇ ਕਿਸਾਨਾਂ ਦਾ